ਕਿਸਾਨਾਂ ਨੇ ਤਾਂ ਮੋਰਚੇ ਲਾ ਕੇ ਧਰਨੇ ਲਾ ਕੇ ਆਪਣੇ ਕਰਜ਼ੇ ਮਾਫ਼ ਕਰਾ ਲੈਣੇ ਆ, ਜਿਹੜੇ ਸਾਡੇ ਕਰਜ਼ੇ ਸਿਰ 'ਤੇ ਚੜ੍ਹਾ ਦੇਣੇ ਆ, ਉਹਦਾ ਜ਼ਿੰਮੇਦਾਰ ਕੌਣ ਹੋਊਗਾ? ਨਾਲੇ ਪਹਿਲਾਂ ਮੇਰੇ ਇੱਕ ਸਵਾਲ ਆ ਕਿਸਾਨਾਂ ਨੂੰ, ਇਹਨਾਂ ਨੇ ਦਿੱਲੀ ਕਰਨ ਕੀ ਜਾਣਾ ਪਹਿਲਾਂ ਇਹ ਦੱਸਣ। ਕਿਹੜੀ ਐਸੀ ਟਿੜ ਪੇੜ ਹੋ ਗਈ ਤੁਹਾਨੂੰ ਕਿਸਾਨਾਂ ਦੇ ਨਾਲ ਜੋ ਤੁਸੀਂ ਸੋਸ਼ਲ ਮੀਡੀਆ 'ਤੇ ਫਿਰ ਇੱਕ ਵਾਰ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀ? ਕਿਸਾਨਾਂ ਨੇ ਹਾਜ਼ਰੀ ਕੀਤੀ, ਜੇ ਕਿਸਾਨ ਹਾਜ਼ਰ ਜੇ ਕਿਸਾਨ ਹਾਜ਼ਰ ਆਹ ਮੈਂ ਜਾਗਰ ਬਣਾਉਣਾ, ਮੈਂ ਤੁਹਾਨੂੰ ਨਹੀਂ ਦਊਂਗਾ, ਤੁਸੀਂ ਕਿੱਥੋਂ ਪਾਓਗੇ? ਕਿਉਂ ਪਹਿਲਾਂ ਲੋਕ ਕੱਪੜਿਆਂ ਤੋਂ ਬਗੈਰ ਨਹੀਂ ਰਹਿੰਦੇ ਸੀ? ਕੀ ਕਿਸਾਨ ਗੱਡੀ ਮੰਗ ਰਿਹਾ? ਕੀ ਕਿਸਾਨ ਪੈਸੇ ਮੰਗ ਰਿਹਾ? ਜਦੋਂ ਕੋਈ ਆਪਣਾ ਹੱਕ ਮੰਗਦਾ ਤੁਹਾਨੂੰ ਕੋਈ ਕੰਮ ਹੁੰਦਾ ਨਹੀਂ, ਤੁਸੀਂ ਉਹਦੇ ਮੂਹਰੇ ਲੱਗ ਜਾਂਦੇ ਹੋ। ਕੀ ਕੀਤਾ ਲੋਕਾਂ ਦਾ ਹਾਲ? ਆਹ ਦੇਖੋ, ਆਹ ਲੋਕਾਂ ਦਾ ਹਾਲ ਕੀਤਾ ਇਹਨਾਂ ਨੇ, ਇਹੀ ਕੁਝ ਇਹਨਾਂ ਨੇ ਹੁਣ ਕਰਨਾ। ਇਹਨੇ ਜੇ ਗਰੀਬ ਨੇ ਤਾਂ ਐਡੇ ਐਡੇ ਟਰੈਕਟਰ ਮੋਡੀਫਾਈਡ ਕਰਕੇ ਲੈ ਕੇ ਆਏ ਆ, ਮੋਡੀਫਾਈਡ ਕੀਤੇ, ਕਿਸੇ ਦੀ JCB ਬਣਾਤੀ, ਕਿਸੇ ਦੇ ਹਾਈਡ੍ਰੋਲਿਕਸ, ਉਹ ਪੈਸੇ ਲੱਗਦੇ ਹੀ ਹੈ। ਔਜ਼ਾਰਾਂ 'ਤੇ ਸਬਸਿਡੀ, ਟਰੈਕਟਰਾਂ 'ਤੇ ਸਬਸਿਡੀ, ਸਟੈਂਪ ਡਿਊਟੀ ਤੁਹਾਨੂੰ ਨਹੀਂ ਲੱਗਦੀ, ਦਿੰਨਾ ਕੀ ਆ ਤੁਸੀਂ? ਕੱਲ੍ਹ MSP ਤੁਹਾਨੂੰ ਦੇ ਦੀ ਹੈ, ਕੱਲ੍ਹ ਤੁਹਾਡੇ ਕਰਜ਼ੇ ਮਾਫ਼ ਕਰ ਦੀ ਹੈ। ਹਮਾਰਾ ਕਰਜ਼ਾ ਮਾਫ਼ ਕਰੋ, ਹਮਾਰਾ ਕਰਜ਼ਾ ਮਾਫ਼ ਕਰੋ, ਅਬ ਜੇ ਤੋ ਹਮ ਵੀ ਦਿੱਲੀ ਗਿਰੇਂਗੇ ਤੋ ਫਿਰ ਕੀ ਬਣੂਗਾ ਹਿੰਦੁਸਤਾਨ ਦਾ, ਦੱਸ ਦਿਓ ਪਹਿਲਾਂ। ਖੇਤਾਂ ਦੇ ਵਿੱਚ ਪ੍ਰਭੂ ਤਾਂ ਨਹੀਂ ਉਗਾਉਣ ਆਉਂਦੇ ਆ, ਕਿਸਾਨ ਉਗਾਉਂਦੇ ਆ ਨਾ। ਮੈਂ ਤੁਹਾਡੇ ਕੋਲੋਂ 5000 ਰੁਪਇਆ ਧਾਰਾ ਲੈ ਲਵਾਂ, ਬਾਅਦ 'ਚ ਮੈਂ ਤੁਹਾਡੇ ਘਰ ਦੇ ਬਾਹਰ ਧਰਨਾ ਲਾ ਕੇ ਕਹਿ ਦਵਾਂ ਮੇਰਾ ਕਰਜ਼ਾ ਮਾਫ਼ ਕਰ, ਮੇਰਾ ਕਰਜ਼ਾ ਮਾਫ਼ ਕਰ। ਕਿਉਂ ਕਰ ਬਈ? ਘਾਟਾ ਉਦੋਂ ਪੈਂਦਾ ਜਦੋਂ ਆਪਾਂ ਲਾਗਬਾਜ਼ੀ 'ਚ, ਪਿੰਡ ਦੀ ਲਾਗਬਾਜ਼ੀ 'ਚ, ਉਹ ਮੁੰਡੇ ਨੇ ਮੋਟਰਸਾਈਕਲ ਲੈ ਲਿਆ, ਮੇਰੀ ਕਾਰ ਚਾਹੇ ਨਹੀਂ ਹੈ, ਮੈਂ ਉਹਨੂੰ ਲੈ ਕੇ ਦੇਣਾ। ਮੇਰਾ ਨਿਆਣਾ ਮੈਨੂੰ ਕਹਿ ਦੇ, ਮੈਨੂੰ ਤਾਂ ਪਾਪਾ ਸੂਰਾ ਹੀ ਲੈ ਕੇ ਦੇ, ਮੈਂ ਕਿੱਥੋਂ ਲਿਆ ਦੂੰਗਾ? ਥਾਪਰ ਸਾਹਿਬ ਤੁਸੀਂ ਕਿਹਨੇ ਗੱਲ ਕਰਨੀ ਹੈ? ਮੇਰੇ ਤੇ ਵੀ ਹਾਊਸਿੰਗ ਲੋਨ ਦਾ ਕਰਜ਼ਾ ਹੈ, ਮੇਰਾ ਵੀ ਮਾਫ਼ ਕਰਾ ਕੇ ਦਿਓ। ਕਿਸਾਨ ਹਾਲੇ ਦਿੱਲੀ ਪਹੁੰਚਿਆ ਵੀ ਨਹੀਂ, ਪਰ ਦੂਜੇ ਪਾਸੇ ਸ਼ਿਵ ਸੈਨਾ ਵਾਲਿਆਂ ਨੇ ਸੋਸ਼ਲ ਮੀਡੀਆ 'ਤੇ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ। ਸਾਡੇ ਨਾਲ ਮੌਜੂਦ ਨੇ ਰਾਜੀਵ ਟੰਡਨ ਜੀ, ਗੱਲ ਕਰਦੇ ਹਾਂ ਆਖਿਰ ਕਿਹੜੀ ਐਸੀ ਟਿੜ ਪੇੜ ਹੋ ਗਈ ਤੁਹਾਨੂੰ ਕਿਸਾਨਾਂ ਦੇ ਨਾਲ ਜੋ ਤੁਸੀਂ ਸੋਸ਼ਲ ਮੀਡੀਆ 'ਤੇ ਫਿਰ ਇੱਕ ਵਾਰ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ? ਮੈਂ ਨਾ ਬੈਂਕ ਦੀ ਕਿਸ਼ਤ ਦੇਣੀ ਹੈ, ਮੈਂ ਨਾ ਬੈਂਕ ਦੀ ਘਰ ਦਾ ਲੋਨ ਦਿੱਤਾ ਹੈ, ਮੈਂ ਉਹਦੀ ਕਿਸ਼ਤ ਦੇਣੀ ਹੈ, ਮੈਂ ਗੱਡੀ ਵੀ ਕਿਸ਼ਤਾਂ ਲਿੱਤੀ, ਮੈਂ ਉਹਦੀ ਕਿਸ਼ਤ ਦੇਣੀ ਹੈ। ਅਗਰ ਹਾਈਵੇ ਜਾਮ ਕਰਤਾ, ਰੋਲਾ ਰੱਪਾ ਪੈ ਗਿਆ, ਅੰਸੂ ਗੈਸ ਦੇ ਗੋਲੇ ਚੱਲਦੇ ਪਏ ਨੇ, ਗੋਲੀਆਂ ਚੱਲਦੀਆਂ ਪਈ ਨੇ ਰਬੜ ਦੀਆਂ, ਕੱਲ ਨੂੰ ਜਿਹੜਾ ਰੋਲਾ ਸਿਨੇਰੀਓ ਕ੍ਰੀਏਟ ਕੀਤਾ ਜਾ ਰਿਹਾ ਪੰਜਾਬ ਨੂੰ, ਕੀ ਕੀਤਾ ਜਾ ਰਿਹਾ? ਡਿਸਟਰਬ ਸਟੇਟ ਘੋਸ਼ਿਤ ਕਰਵਾਇਆ ਜਾ ਰਿਹਾ ਪੰਜਾਬ ਦੇ ਕਿਸਾਨਾਂ ਦੁਆਰਾ, ਜਥੇਬੰਦੀਆਂ ਦੁਆਰਾ ਪੰਜਾਬ ਦਾ ਮਾਹੌਲ ਇਹ ਬਣਾਇਆ ਜਾ ਰਿਹਾ ਪੂਰੇ ਦੇਸ਼ ਦੇ ਵਿੱਚ ਵੀ ਪੰਜਾਬ ਇੱਕ ਡਿਸਟਰਬ ਸਟੇਟ ਹੈ, ਜਿਹੜਾ ਵਪਾਰੀ ਬਾਹਰੋਂ ਆਉਣਾ ਉਹਨੇ ਪੰਜਾਬ ਤਾਂ ਨਹੀਂ ਆਉਣਾ ਮੁੜ ਕੇ, ਜਿਹੜਾ ਪੰਜਾਬ ਦਾ ਵਪਾਰ ਖਤਮ ਹੋ ਰਿਹਾ ਉਹਦਾ ਜ਼ਿੰਮੇਦਾਰ ਕੌਣ ਹੋਏਗਾ? ਜਿਹੜੀ ਮੇਰੀ ਬੈਂਕ ਦੀ ਕਿਸ਼ਤ ਟੁੱਟਣੀ ਹੈ ਉਹਦਾ ਜ਼ਿੰਮੇਦਾਰ ਕੌਣ ਹੋਏਗਾ? ਕਿਆ ਕੋਈ ਮੇਰੀ ਕਿਸ਼ਤ ਭਰੇਗਾ? ਕਿਸਾਨਾਂ ਨੇ ਤਾਂ ਮੋਰਚੇ ਲਾ ਕੇ ਧਰਨੇ ਲਾ ਕੇ ਆਪਣੇ ਕਰਜ਼ੇ ਮਾਫ਼ ਕਰਾ ਲੈਣੇ ਆ, ਜਿਹੜੇ ਸਾਡੇ ਕਰਜ਼ੇ ਸਿਰ 'ਤੇ ਚੜ੍ਹਾ ਦੇਣੇ ਆ, ਉਹਦਾ ਜ਼ਿੰਮੇਦਾਰ ਕੌਣ ਹੋਊਗਾ? ਇਹ ਕਿਸਾਨ ਦੇਣਗੇ? ਦੱਸੋ ਨਾ, ਆਪਾਂ ਤਾਂ ਬਿਜਲੀ ਫ੍ਰੀ ਲੈ ਲਈ, ਆਪਾਂ ਪਾਣੀ ਫ੍ਰੀ ਲੈ ਲਿਆ, ਆਪਾਂ ਬੈਂਕ ਤੋਂ ਵਿਆਜ ਪੈਸੇ ਵੀ ਲੈ ਲਏ, ਉਹ ਵੀ ਅਸੀਂ ਧਰਨੇ ਲਾ ਕੇ ਆਪਣੇ ਕਰਜ਼ੇ ਮੁਕਤ ਕਰਾ ਲੈਣੇ ਆ, ਆਪਾਂ ਸਬਸਿਡੀਆਂ ਵੀ ਲੈਨੇ ਆ, ਸਬਸਿਡੀਆਂ 70% ਆਪਾਂ ਸਬਸਿਡੀਆਂ ਲੈ ਰਹੇ ਆ। ਜਾਂ ਉਹਦੇ ਵਿੱਚ ਆਪਾਂ ਲੋਕੀ ਕੀ ਕਰਦੇ ਆ, ਆਪਾਂ ਬਿਜਲੀ ਫ੍ਰੀ, ਪਾਣੀ ਫ੍ਰੀ, ਬੀਜਾਂ 'ਤੇ ਸਬਸਿਡੀ, ਔਜ਼ਾਰਾਂ 'ਤੇ ਸਬਸਿਡੀ, ਟਰੈਕਟਰਾਂ 'ਤੇ ਸਬਸਿਡੀ, ਸਟੈਂਪ ਡਿਊਟੀ ਤੁਹਾਨੂੰ ਨਹੀਂ ਲੱਗਦੀ, ਦਿੰਨਾ ਕੀ ਆ ਤੁਸੀਂ? ਕੱਲ੍ਹ MSP ਤੁਹਾਨੂੰ ਦੇ ਦੀ ਹੈ, ਕੱਲ੍ਹ ਤੁਹਾਡੇ ਕਰਜ਼ੇ ਮਾਫ਼ ਕਰ ਦੀ ਹੈ। ਸੁਣਿਆ ਗਰੀਬ ਨੇ ਕਿਸਾਨ, ਮੈਂ ਥਾਪਰ ਸਾਹਿਬ ਸੁਣਿਆ ਕਿਸਾਨ ਜੇ ਗਰੀਬ ਨੇ, ਮੇਰੀ ਗੱਲ ਮੈਂ ਗਰੀਬ ਨੇ, ਇੱਕ ਤੁਸੀਂ ਸੁਣਿਆ ਨਾ, ਜੇ
ਆਪਣੇ ਹੱਕ ਮੰਗ ਰਹੇ ਨੇ, ਉਹ ਤਾਂ ਫਸਲਾਂ ਦੇ ਜਿਹੜੇ ਉਹਨਾਂ ਦੀ ਮਿਹਨਤ ਨੀ ਮਿਲਦੀ। ਹੱਕ ਕੀ? ਮੈਂ ਬੈਂਕ ਤੋਂ ਕਰਜ਼ਾ ਲੈ ਲਾਂ, ਉਸ ਬੈਂਕ ਦੇ ਪੈਸੇ ਦੇ ਨਾਲ ਮੈਂ ਗੱਡੀਆਂ ਮੋਟਰਸਾਈਕਲਾਂ ਲੈ ਲਾਂ, ਉਸ ਬੈਂਕ ਦੇ ਨਾਲ ਮੈਂ ਆਪਣੇ ਬੱਚਿਆਂ ਦੇ ਸ਼ਾਨੋਂ ਸ਼ੌਕਤ ਦਾ ਵਿਆਹ ਕਰਾ ਲਾਂ, ਉਸ ਬੈਂਕ ਦੇ ਪੈਸੇ ਨਾਲ ਮੈਂ ਆਪਣੇ ਬੱਚੇ ਵਿਦੇਸ਼ ਭੇਜ ਦੇਵਾਂ, ਬਾਅਦ 'ਚ ਕਹਿੰਦਾ ਮੈਨੂੰ ਕਰਜ਼ਾ ਮੁਕਤ ਕਰੋ, ਮੇਰਾ ਬੈਂਕ ਕਰਜ਼ਾ ਮਾਫ਼ ਕਰੇ। ਇੱਦਾਂ ਕੱਲ ਨੂੰ ਵਪਾਰੀ ਬੈਠ ਗਿਆ ਆ ਕੇ ਧਰਨੇ 'ਤੇ, ਫਿਰ ਦੇਸ਼ ਕਿੱਥੇ ਖੜਾ ਹੋਊਗਾ ਦੱਸ ਦਿਓ? ਅਗਰ ਬੈਂਕ ਵਪਾਰੀਆਂ ਨਹੀਂ ਇੱਦਾਂ ਧਰਨੇ ਲਗਾਉਣੇ ਸ਼ੁਰੂ ਕਰਤੇ, ਹਮਾਰਾ ਕਰਜ਼ਾ ਮਾਫ਼ ਕਰੋ, ਹਮਾਰਾ ਕਰਜ਼ਾ ਮਾਫ਼ ਕਰੋ, ਅਬਦੀ ਤੋਂ ਹਮ ਵੀ ਦਿੱਲੀ ਗੇਰੇਂਗੇ, ਤੋ ਫਿਰ ਕੀ ਬਣੂਗਾ ਹਿੰਦੁਸਤਾਨ ਦਾ, ਦੱਸ ਦੋ ਪਹਿਲਾਂ। ਪਰ ਸਰਕਾਰਾਂ ਨਾਲ ਤਾਂ ਗੱਲ ਕਰਨੀ ਚਾਹੀਦੀ, ਫਿਰ ਗੱਲ ਕਿਉਂ ਨਹੀਂ ਕਰਦੇ? ਸਰਕਾਰਾਂ ਤਾਂ ਗੱਲ ਕਰ ਰਹੀ ਹੈ, ਦਿੱਲੀ ਕਰਨਗੇ ਜਾਣਾ, ਜਾਂ ਦਿੱਲੀ ਜਿਸ ਨਾਲ ਤੁਸੀਂ ਗੱਲ ਕਰਨੀ ਉਹ ਤਾਂ ਆਪ ਤੁਹਾਡੇ ਕੋਲ ਚੰਡੀਗੜ੍ਹ ਪਹੁੰਚ ਗਏ। ਉਹ ਤਾਂ ਯਾਰ ਉਹ ਤਾਂ ਹਾਂਜੀ, ਉਹ ਤਾਂ ਆਪ ਚੰਡੀਗੜ੍ਹ ਪਹੁੰਚ ਗਏ। ਗੱਲ ਕਰੋ, ਗੱਲ ਕਾਹਦੀ ਕਰ ਰਹੀ ਹੈ ਉਹਨਾਂ ਨੇ? ਮੈਨੂੰ ਦੱਸੋ, ਮੈਂ ਵੀ ਹਾਊਸਿੰਗ ਲੋਨ ਲਿੱਤਾ, ਮੇਰਾ ਵੀ ਮਾਫ਼ ਕਰਾ ਕੇ ਦਿਓ ਫਿਰ। ਥਾਪਰ ਸਾਹਿਬ ਤੁਸੀਂ ਕਹਿੰਦੇ ਗੱਲ ਕਰਨੀ ਹੈ, ਮੇਰੇ ਤੇ ਵੀ ਹਾਊਸਿੰਗ ਲੋਨ ਦਾ ਕਰਜ਼ਾ ਹੈ, ਮੇਰਾ ਵੀ ਮਾਫ਼ ਕਰਾ ਕੇ ਦਿਓ। ਮੈਂ ਕੀ ਕਹਿੰਦਾ ਵੀ ਜੇ ਇਹਨਾਂ ਨੇ ਗੱਲ ਹੀ ਕਰਨੀ, ਜੇ ਇਹਨਾਂ ਦੇ ਮਨ 'ਚ ਹੀ ਹੋਵੇ ਸੀ ਕੋਈ ਗੱਲ ਕਰਨੀ, ਐਸਾ ਕਰੀਏ ਵੱਡੀ ਵੱਡੀ, ਪਹਿਲਾਂ ਆਪਾਂ ਗੱਡੀਆਂ ਲੈ ਲਈਆਂ ਵੱਡੀਆਂ ਵੱਡੀਆਂ, ਦੱਸੋ ਮੈਨੂੰ ਕਿਹੜੀਆਂ ਗੱਡੀਆਂ ਇਹਨਾਂ ਕਿਸਾਨਾਂ ਦੇ ਨਿਆਣਿਆਂ ਕੋਲ, ਸਾਡੇ ਸ਼ਹਿਰੀ ਬੰਦਿਆਂ ਕੋਲ ਦਿਖਾਓ ਕਿ ਇਹਨਾਂ ਕੋਲ ਗੱਡੀਆਂ ਉੱਦਾਂ ਦੀਆਂ, ਮੋਟੇ ਮੋਟੇ ਟਾਇਰਾਂ ਵਾਲੀਆਂ, ਉੱਪਰ ਉਹ ਛੱਤਾਂ ਪਾ ਕੇ ਟਰਾਲੀਆਂ ਟਰਾਲੀਆਂ ਏਸੀ ਬਣਾਈਆਂ ਹੋਈਆਂ। ਮੈਨੂੰ ਦੱਸੋ ਜਰਾ, ਆਪਾਂ ਟਰਾਲੀਆਂ ਲਿੱਤੀਆਂ, ਫਿਰ ਗੱਡੀਆਂ ਆਪਾਂ ਅਲੱਗ ਲਿੱਤੀਆਂ ਆ, ਮੋਟਰਸਾਈਕਲ ਆਪਾਂ ਅਲੱਗ 5-5 ਲੱਖ ਵਾਲੇ ਲਿੱਤੇ ਹੋਏ ਆ, ਕਰਜ਼ਾ ਕਾਹਦੇ ਲਈ ਚੜਿਆ? ਕਿਸਾਨ ਤਾਂ ਇਹ ਕਹਿੰਦੇ ਨੇ ਵੀ ਸਾਨੂੰ ਜਿਹੜਾ ਬਣਦਾ ਹੱਕ ਹੈ ਸਾਨੂੰ ਉਹੀ ਨਹੀਂ ਮਿਲਦਾ, ਸਾਰੀਆਂ ਫਸਲਾਂ ਤੇ ਸਾਨੂੰ ਰੈਂਟ ਨਹੀਂ ਮਿਲਦਾ, ਉਹ ਰੈਂਟਾਂ ਦੇ ਲਈ ਕਰ ਰਹੇ। ਬੰਦਾ ਇੱਕ ਬੰਦਾ ਹੱਕ ਇਹੀ ਹੈ, ਬੈਂਕ ਤੋਂ ਪੈਸੇ ਲਓ, ਉਡਾ ਦਿਓ, ਐਸ਼ਾ ਪ੍ਰਤੀਆਂ ਕਰੋ, ਬੱਚਿਆਂ ਨੂੰ ਬਾਹਰ ਭੇਜ ਦਿਓ, ਗੱਡੀਆਂ ਲੈ ਵੱਡੀਆਂ ਵੱਡੀਆਂ ਲੈ ਲਓ, ਬਾਅਦ 'ਚ ਕਹੋ ਕਰਜ਼ ਕਿਸਾਨ ਦੇ ਹੇਠ ਆ ਗਿਆ, ਕਿਸਾਨ ਕਰਜ਼ ਹੇਠ ਆ ਗਿਆ, ਸਾਡਾ ਕਰਜ਼ਾ ਮਾਫ਼ ਕਰੋ, ਸਾਡਾ ਕਰਜ਼ਾ ਮਾਫ਼ ਕਰੋ, ਆਹੀ ਰਹਿ ਗਿਆ, ਹੋਰ ਮੰਗਾ ਕਿਹਦੀਆਂ ਨੇ? ਦੇਖੋ ਅਸੀਂ ਨਾ ਬਚਪਨ ਤੋਂ ਸੁਣਦੇ ਆਏ ਹਾਂ, ਉੱਤਮ ਖੇਤੀ ਮੱਧਮ ਵਪਾਰ, ਉੱਤਮ ਖੇਤੀ ਮੱਧਮ ਵਪਾਰ, ਖੇਤੀ ਤਾਂ ਘੱਟ ਦਾ ਕੰਮ ਹੀ ਆ ਨੀ, ਘਾਟਾ ਉਦੋਂ ਪੈਂਦਾ ਜਦੋਂ ਆਪਾਂ ਲਾਗਬਾਜ਼ੀ 'ਚ, ਪਿੰਡ ਦੀ ਲਾਗਬਾਜ਼ੀ 'ਚ, ਉਹਦੇ ਮੁੰਡੇ ਨੇ ਮੋਟਰਸਾਈਕਲ ਲੈ ਲਿਆ, ਮੇਰੀ ਕਾਤ ਚਾਹੇ ਨਹੀਂ ਹੈ, ਮੈਂ ਉਹਨੂੰ ਲੈ ਕੇ ਦੇਣਾ, ਉਹਦੇ ਮੁੰਡੇ ਨੇ ਗੱਡੀ ਲੈ ਲਈ, ਮੈਂ ਵੀ ਆਪਣੇ ਮੁੰਡੇ ਨੂੰ ਲੈ ਕੇ ਦੇਣੀ, ਕਰਜ਼ਾ ਉਹ ਮੁੰਡਾ ਕੈਨੇਡਾ ਭੇਜਣਾ, ਭਾਵੇਂ ਉੱਥੇ ਜਾ ਕੇ ਟੋਇਲਟ ਸਾਫ਼ ਕਰਨੀ ਪਵੇ, ਭਾਂਡੇ ਮਾਂਜਣੇ ਪੈਣ, ਵੇਟਰਗਿਰੀ ਕਰਨੀ ਪਵੇ। ਕਦੇ ਖੇਤਾਂ 'ਚ ਕੰਮ ਕੀਤਾ ਤੁਸੀਂ? ਖੇਤਾਂ 'ਚ ਕੰਮ ਕਰਨਾ ਮੇਰਾ ਕੰਮ ਹੀ ਨਹੀਂ, ਮੈਂ ਜੇ ਮੈਨੂੰ ਪਸੰਦ ਹੁੰਦਾ, ਮੇਰੇ ਬਜ਼ੁਰਗਾਂ ਨੂੰ ਪਸੰਦ ਹੁੰਦਾ ਖੇਤਾਂ 'ਚ ਕੰਮ ਕਰਨਾ, ਤਾਂ ਬਿਲਕੁਲ ਕਰਦੇ। ਜਿਹਨਾਂ ਨੂੰ ਜਿਹਨਾਂ ਦੀ ਡਿਊਟੀ ਜਿਹਨਾਂ ਦੀ ਡਿਊਟੀ ਪ੍ਰਭੂ ਨੇ ਸਭ ਬੰਦਿਆਂ ਦੀ ਡਿਊਟੀ ਲਾਈ। ਮੇਰਾ ਸਵਾਲ ਹੈ, ਤੁਸੀਂ ਕਦੇ ਖੇਤਾਂ ਦੇ ਕੰਮ ਕੀਤਾ? ਖੇਤਾਂ ਦੇ ਵਿੱਚ ਮਿਹਨਤ ਕਿੰਨੀ ਹੁੰਦੀ ਹੈ ਇਹ ਪਤਾ? ਕਿਸਾਨਾਂ ਨੇ ਹੌਜ਼ਰੀ ਕੀਤੀ? ਜੇ ਕਿਸਾਨ ਹੌਜ਼ਰੀ ਕਰਨ ਤਾਂ ਤੁਹਾਨੂੰ ਅੰਨ ਕੌਣ ਦੇਗਾ, ਖਾਣਾ ਕੌਣ ਦੇਗਾ? ਅੰਨ ਕੋਈ ਨੀ, ਇੱਕ ਮਿੰਟ, ਜੇ ਮੈਂ ਕੱਪੜਾ ਨਹੀਂ ਬਣਾਊਂਗਾ, ਮੈਂ ਜਾਕਟ ਨਹੀਂ ਬਣਾਊਂਗਾ, ਤੁਹਾਡੀ ਜਾਕਟ ਲਾ ਲੈਂਦੇ ਹਾਂ, ਤੁਹਾਨੂੰ ਕੌਣ ਦਊਗਾ ਪਾਉਣ ਨੂੰ?
ਮੇਰਾ ਸਵਾਲ ਹੈ ਜੀ, ਆਹ ਮੈਂ ਜਾਕਟ ਬਣਾਉਣਾ, ਮੈਂ ਤੁਹਾਨੂੰ ਨਹੀਂ ਦਊਂਗਾ, ਤੁਸੀਂ ਕਿੱਥੋਂ ਪਾਓਗੇ? ਕਿਉਂ ਪਹਿਲਾਂ ਲੋਕ ਕੱਪੜਿਆਂ ਤੋਂ ਬਗੈਰ ਨਹੀਂ ਰਹਿੰਦੇ ਸੀ? ਹੁਣ ਜੈਕਟਾਂ ਚੱਲ ਪਈਆਂ ਤਾਂ ਤੁਸੀਂ ਪੱਤੇ ਪਾ ਕੇ ਰਹੋਗੇ? ਬਿਲਕੁਲ, ਪਹਿਲਾਂ ਲੋਕ ਰਹਿੰਦੇ ਹੀ ਸੀ। ਖੇਤਾਂ ਦੇ ਵਿੱਚ ਪ੍ਰਭੂ ਤਾਂ ਨੀ ਉਗਾਉਣ ਆਉਂਦੇ ਆ, ਕਿਸਾਨ ਉਗਾਉਂਦੇ ਆ ਨਾ। ਮਿਹਨਤ ਕਰਦੇ ਆ ਉਹਨਾਂ ਨੂੰ ਮੁੱਲ ਮਿਲਦਾ, ਮਿਹਨਤ ਕਰਦੇ ਉਹਨਾਂ ਨੂੰ ਉਹਨਾਂ ਦਾ ਮੁੱਲ ਮਿਲਦਾ, ਮਿਹਨਤ ਕਰਦੇ ਉਹਨਾਂ ਨੂੰ ਉਹਨਾਂ ਦਾ ਮੁੱਲ ਮਿਲਦਾ, ਫ੍ਰੀ ਨੀ ਦਿੰਦੇ, ਫ੍ਰੀ ਨੀ ਦਿੰਦੇ। ਤੁਹਾਨੂੰ ਕੋਈ ਕੰਮ ਹੁੰਦਾ ਨੀ, ਤੁਸੀਂ ਉਹਦੇ ਮੂਹਰੇ ਲੱਗ ਜਾਂਦੇ ਹੋ। ਕਿਹਦੇ ਮੂਹਰੇ ਲੱਗ ਜਾਂਦੇ? ਕਦੇ ਕਿਸਾਨ ਤੁਹਾਡੇ ਧਰਨਿਆਂ ਦੇ ਵਿੱਚ ਆਏ, ਤੁਸੀਂ ਚੌਂਕੀਆਂ ਦੇ ਬਾਹਰ ਧਰਨੇ ਲਾਏ, ਕਦੇ ਉਹਨਾਂ ਨੇ ਕਿਹਾ? ਬਿਲਕੁਲ ਆਉਂਦੇ ਆ ਕਿਸਾਨ, ਸਾਡੀਆਂ ਸੜਕਾਂ ਜਾਮ ਕਰਤੀਆਂ, ਸਾਡੇ ਪੰਜਾਬ ਦਾ ਬੇੜਾ ਗਰਕ ਕਰਤਾ, ਸੋਸ਼ਲ ਮੀਡੀਆ ਤੇ ਸਰੇਆਮ ਵੀਡੀਓ ਚੱਲ ਰਹੇ, ਲੋਕ ਕਲਪੇ ਪਏ ਆ, ਕਿਸੇ ਨੇ ਜਾਣਾ ਕਿਤੇ, ਇਹਨਾਂ ਨੇ ਤਾਂ ਕੰਮ ਫੜਿਆ ਬਦਮਾਸ਼ੀ ਕਰਨ ਦਾ, ਕਦੀ ਕਿਸੇ ਦੁਕਾਨ ਦੇ ਮੂਹਰੇ ਧਰਨਾ, ਕਦੀ ਕਿਸੇ ਚੌਂਕ ਚ ਧਰਨਾ, ਇਹਨਾਂ ਦਾ ਕੰਮ ਹੀ ਵਿਹਲਣ ਦੇ ਇਹ। ਜੇ ਕੋਈ ਆਪਣਾ ਹੱਕ ਮੰਗੇ ਤਾਂ ਉਹ ਵਿਹਲਣ ਹੋ ਗਿਆ ਹੈ। ਮੈਂ ਦਿਖਾਈ ਦਿੰਦਾ ਇਹਨਾਂ ਨੂੰ ਆਹ ਕੀ ਹੈ। ਥਾਪਰ ਸਾਹਿਬ, ਗੱਲ ਇਹ ਨਹੀਂ ਹੈ, ਗੱਲ ਇਹ ਹੈ ਪੰਜਾਬ ਦਾ ਸੱਤਿਆਨਾਸ਼ ਕੀਤਾ ਜਾ ਰਿਹਾ, ਪੰਜਾਬ ਦਾ ਬੇੜਾ ਗਰਕ ਕੀਤਾ ਜਾ ਰਿਹਾ, ਬੇੜਾ ਗਰਕ ਟੋਟਲ ਧਰਨੇ ਵਾਲਿਆਂ ਨੇ ਕੀਤਾ ਜਾ ਰਿਹਾ, ਕਿਸਾਨਾਂ ਦੁਆਰਾ ਧਰਨਾ ਲਾ ਕੇ ਪੰਜਾਬ ਸਟੇਟ ਨਾਲ ਧਰਨਾ ਸਟੇਟ ਬਣ ਰਹੀ ਹੈ। ਇੱਕ ਉਹਨਾਂ ਦੀ ਹੱਬ ਬਣਨਾ ਚਾਹੀਦਾ, ਲੋਕਾਂ ਦੀ ਸੋਚ ਹੁੰਦੀ ਹੈ ਵੀ ਸਾਡਾ ਪ੍ਰਦੇਸ਼, ਸਾਡਾ ਸ਼ਹਿਰ ਹੱਬ ਬਣੇ, ਇੰਡਸਟਰੀ ਲੈ ਹੱਬ ਬਣੇ, ਕੁਛ ਬਣੇ, ਵੀ ਸਾਡਾ ਨਾਮ ਇੱਥੋਂ ਜਾਣਿਆ ਜਾਵੇ, ਜਿਵੇਂ ਬੈਂਗਲੌਰ ਨੂੰ ਲੋਕ ਜਾਣਦੇ IT ਸੈਕਟਰ ਦੇ ਨਾਮ ਤੋਂ ਜਾਣਦੇ ਆ, ਦਿੱਲੀ ਨੂੰ ਰਾਜਨੀਤੀ ਤੌਰ 'ਤੇ ਜਾਂਦੇ, ਚੰਡੀਗੜ੍ਹ ਨੂੰ ਕਿਸਾਨਾਂ ਦੀ ਧਰਨੀ ਹੈ, ਕਿਸਾਨ ਕਿਸਾਨੀ ਕਰੇ, ਧਰਨਾ ਕੀ ਹੈ? ਕਰਜ਼ਾ ਲੈ ਲਿਆ ਆਪਾਂ ਬੈਂਕ ਤੋਂ, ਪਹਿਲਾਂ ਪੈਸੇ ਉਡਾ ਤੇ ਫਿਰ ਕਰਜ਼ਾ ਮਾਫ਼ ਕਰੋ, ਕਾਹਦੇ ਲਈ ਕਰੋ ਨਾ ਦੱਸੋ। ਜਦੋਂ 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 ਕਿਸਾਨ ਆਪਣੇ ਖੇਤ ਦੇ ਵਿੱਚ ਫਸਲ ਉਗਾਉਂਦਾ ਕੀ ਕੀਤਾ? ਲੋਕਾਂ ਦਾ ਹਾਲ ਆਹ ਦੇਖੋ, ਆਹ ਲੋਕਾਂ ਦਾ ਹਾਲ ਕੀਤਾ ਇਹਨਾਂ ਨੇ, ਇਹੀ ਕੁਝ ਇਹਨਾਂ ਨੇ ਹੁਣ ਕਰਨਾ। ਤੇ ਕਿਉਂ ਨਹੀਂ ਸਰਕਾਰਾਂ ਸੁਣਦੀਆਂ? ਸਰਕਾਰਾਂ ਕਿਉਂ ਨਹੀਂ ਸੁਣਦੀਆਂ? ਸੁਣਦੀਆਂ ਕਿ ਨਹੀਂ ਸਰਕਾਰਾਂ? ਗੱਲ ਕਰੋ ਉਹਨਾਂ ਨਾਲ। ਇੱਕ ਮਿੰਟ ਯਾਰ, ਸਰਕਾਰਾਂ ਕਿਉਂ ਨਹੀਂ ਸੁਣਦੀਆਂ? ਸਰਕਾਰ ਨੇ ਕਿਉਂ ਨਹੀਂ ਸੁਣਿਆ? ਜੇ ਸੁਣਿਆ ਹੁੰਦਾ, ਮੇਰੀ ਗੱਲ ਸੁਣੋ, ਮੇਰਾ ਨਿਆਣਾ ਮੈਨੂੰ ਕਹਿੰਦੇ ਮੈਨੂੰ ਤਾਂ ਪਾਪਾ ਸੂਰਾ ਹੀ ਲੈ ਗਏ ਸੀ, ਮੈਂ ਕਿੱਥੋਂ ਲਿਆ ਦੂੰਗਾ? ਨਜਾਇਜ਼ ਮੰਗ ਕਰੂੰਗਾ ਤਾਂ ਕਿੱਦਾਂ ਮੰਨ ਲਈ ਜਾਵੇ? ਥਾਪਰ ਸਾਹਿਬ, ਕੱਲ੍ਹ ਨੂੰ ਤਾਂ ਜੈਪ੍ਰਕਾਸ਼ ਜੈ ਕੁਮਾਰ ਆਪਣੇ ਸਿਟੀ ਹੱਟ ਲੈਂਦੇ, ਮਾਲਕ ਨੂੰ ਕਹੂਗਾ ਮੇਰੇ ਤੋਂ ਮੈਨੂੰ 2 ਲੱਖ ਰੁਪਇਆ ਮੋਟਰਸਾਈਕਲ ਲੈ ਕੇ ਦੇ, ਜਿੱਥੋਂ ਮਰਜ਼ੀ ਲੈ ਕੇ ਦੇ, ਇਹਦਾ ਮਾਲਕ ਲੈ ਕੇ ਦਊਗਾ। ਦੱਸੋ ਜੈਪ੍ਰਕਾਸ਼ ਜੀ, ਤੁਹਾਡੀ ਨਜਾਇਜ਼ ਮੰਗ ਹੋ ਜਾਵੇ, ਤੁਸੀਂ ਕਿਉਂ ਸਿਟੀ ਹੱਟ ਲੈਣ ਨੂੰ? ਵੀ ਮੈਂ ਤਾਂ ਅੱਜ ਤੋਂ ਬਾਅਦ ਪੱਤਰਕਾਰੀ ਕਰਨ ਜਾਊਂਗਾ, ਮੈਨੂੰ ਫਿਰ ਗੱਡੀ ਲੈ ਕੇ ਦੇਗਾ। ਕਿਸਾਨ ਗੱਡੀ ਮੰਗ ਰਿਹਾ? ਗੱਡੀ ਕੀ? ਕਿਸਾਨ ਪੈਸੇ ਮੰਗ ਰਿਹਾ? ਕਿਸਾਨ ਆਪਣਾ ਹੱਕ ਮੰਗ ਰਿਹਾ? ਕੀ ਮੰਗ ਰਿਹਾ ਸਰ? ਇਹ ਅੱਛਾ, ਇਹ ਹੱਕ ਹੈ ਵੀ ਮੈਂ ਇੱਕ ਮਿੰਟ ਕਿਸਾਨ ਗੱਡੀ ਤਾਂ ਨਹੀਂ ਮੰਗ ਰਿਹਾ, ਮੈਂ ਤੁਹਾਡੇ ਕੋਲੋਂ 5,000 ਰੁਪਇਆ ਧਾਰਾ ਲੈ ਲਵਾਂ, ਬਾਅਦ ਚ ਮੈਂ ਤੁਹਾਡੇ ਘਰ ਦੇ ਬਾਹਰ ਧਰਨਾ ਲਾ ਕੇ ਕਹਿ ਦਵਾਂ ਮੇਰਾ ਕਰਜ਼ਾ ਮਾਫ਼ ਕਰ, ਮੇਰਾ ਕਰਜ਼ਾ ਮਾਫ਼ ਕਰ। ਕਿਉਂ ਕਰ ਬਈ?
ਜਿਹੜੀ ਪਹਿਲੀ ਲੜਾਈ ਸੀ 2020 ਦੀ ਉਹੀ ਸੀ ਕਿ ਤਿੰਨ ਕਾਲੇ ਕਾਨੂੰਨ ਵਾਪਸ ਲਓ, ਉਹ ਕਹਿੰਦੇ ਲੈ ਲੈ, ਲਿੱਤਾ ਕਿਉਂ ਨਹੀਂ ਫਿਰ, ਲੈ ਲੈ ਉਹਦਾ, ਲਿੱਤਾ ਕਿਉਂ ਨਹੀਂ, ਉਹ ਤਾਂ ਲੈ ਲੈ, ਕਿੱਥੇ ਲਿੱਤੇ, ਉਹ ਮਾਰਾ ਲਾਗੂ ਹੀ ਨਹੀਂ ਕੀਤਾ, ਲੈ ਕੇ ਲੈ ਦੱਸੋ, ਫਿਰ ਕਿਉਂ ਧਰਨੇ ਲੱਗ, ਕੋਈ ਨੋਟੀਫਿਕੇਸ਼ਨ ਜਦ ਉਹਦਾ, ਇੱਕ ਮਿੰਟ, ਜਦ ਉਹਦਾ ਨੋਟੀਫਿਕੇਸ਼ਨ, ਇੱਕ ਮਿੰਟ ਯਾਰਾ, ਜਦ ਉਹਦਾ ਨੋਟੀਫਿਕੇਸ਼ਨ ਲੱਗਣ ਦਾ ਨਹੀਂ ਹੋਇਆ ਤਾਂ ਵਾਪਸ ਹੋਣ ਦਾ ਕਾਹਦਾ ਨੋਟੀਫਿਕੇਸ਼ਨ ਹੋਈ, ਜੋ ਵੀ ਹੋਇਆ ਨਾ ਲਾਗੂ ਹੀ ਨਹੀਂ ਸੀ ਕੀਤੇ, ਉਹਦਾ ਨੋਟੀਫਿਕੇਸ਼ਨ ਲਾਗੂ ਹੋਣ ਦਾ ਨਹੀਂ ਹੋਇਆ ਤਾਂ ਵਾਪਸੀ ਦਾ ਕਹਿੰਦਾ ਨੋਟੀਫਿਕੇਸ਼ਨ, ਨਾ 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 ਨਾ, ਆਪਣੀ ਜਾਣਕਾਰੀ ਚ ਪਤਾ ਕਰੋ, ਆਪਣੀ ਜਾਣਕਾਰੀ ਚ ਪਤਾ ਕਰੋ, ਤੁਸੀਂ ਕਿਉਂ ਕਿਸਾਨਾਂ ਦੇ ਪਿੱਛੇ ਲੱਗੇ ਹੋ, ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈ ਉਹ ਤੁਹਾਡੇ ਵਿੱਚ ਨਹੀਂ ਆਉਂਦੇ, ਤੁਸੀਂ ਕਿਉਂ ਆਉਂਦੇ ਹੋ ਉਹਦਾ ਵਿੱਚ, ਅਸੀਂ ਕਿਸਾਨਾਂ ਦੇ ਪਿੱਛੇ ਨਹੀਂ ਲੱਗੇ, ਕਿਸਾਨ ਬਿਲਕੁਲ ਠੀਕ ਨੇ, ਕਿਸਾਨ ਆਪਣਾ ਕੰਮ ਕਰਦੇ, ਹੁਣ ਠੀਕ ਹੋ ਗਏ, ਹੁਣੇ ਤੁਸੀਂ ਮਾੜਾ ਕਹਿ ਰਹੇ ਸੀ, ਹੁਣ ਠੀਕ ਹੋ ਗਏ, ਬੋਲਣ ਵੀ ਦਿਆ ਕਰੋ, ਕਦੀ ਗੱਲ ਪੂਰੀ ਵੀ ਹੋ ਲੈਂਦਿਆ ਕਰੋ, ਨਹੀਂ ਤੁਸੀਂ ਦੂਜੇ ਪਾਸੇ ਦੂਜੇ ਲੜਨਾ, ਬਿਲਕੁਲ ਲੜਾਂਗੇ, ਲੜ ਲੈ, ਫਿਰ ਅਸੀਂ ਪੰਜਾਬ ਦੇ ਲਈ ਲੜਾਂਗੇ।